ਚਲੋ ਇਸ ਤਰ੍ਹਾਂ ਜੀ, ਉਹਦੇ ਬਾਰੇ ਤਾਂ ਡਾਕਟਰ ਚੀਮਾ ਜੀ ਜਾਂ ਆਪਣਾ ਪਾਰਟੀ ਦੇ ਪ੍ਰਧਾਨ ਸਾਹਿਬ ਦੱਸ ਸਕਦੇ, ਕੋਈ ਮਜਬੂਰੀ ਹੋਣੀ ਘਰੇਲੂ ਮੈਨੂੰ ਪਤਾ ਨਹੀਂ, ਗੱਲ ਪਤਾ ਲੱਗੂਗੀ ਫਿਰ ਜ਼ਰੂਰ ਦੱਸਾਂਗਾ। ਹਾਂਜੀ, ਉਹ ਮੇਰਾ ਫਿਰ ਕੀ ਇੱਥੇ ਹੋ ਗਿਆ, ਇੱਕ ਲੀਡਰ ਸ਼ਾਮਿਲ ਹੁੰਦਾ, ਇਹਦੇ ਮਤਲਬ ਨਹੀਂ ਕਿ ਲੋਕ ਸ਼ਾਮਿਲ ਹੋ ਗਏ, ਪਹਿਲਾਂ ਵੀ ਇਹੋ ਜਿਹੀਆਂ ਸ਼ਮੂਲੀਅਤ ਬੜੇ ਵੱਡੇ ਪੱਧਰ 'ਤੇ ਹੋਈਆਂ ਨੇ, ਮਗਰ ਰਿਜ਼ਲਟ ਕੁਛ ਹੋਰ ਆਇਆ। ਲੋਕ ਮੌਕਾ ਪ੍ਰਸਤ ਜਾਂ ਸਰਕਾਰਾਂ ਦੇ ਦਬਾਅ 'ਚ ਆਉਣ ਵਾਲੇ ਲਈ ਪੰਜਾਬ ਦੇ ਲੋਕ ਬੜੇ ਦ੍ਰਿੜ ਇਰਾਦੇ ਦੇ ਨੇ, ਬਦਲਾਵ ਦਾ ਸੰਤਾਪ ਹੰਢਾ ਰਹੇ ਆ। ਲੀਡਰਾਂ ਦੀ ਕੋਈ ਮਜਬੂਰੀ ਹੋ ਸਕਦੀ ਆ, ਲੋਕਾਂ ਦੀ ਮਜਬੂਰੀ ਕੋਈ। ਹਾਂਜੀ, ਮੈਂ ਸਮਝਦਾ ਲੋਕ ਸਬਕ ਸਿਖਾਉਣਗੇ ਜੀ, ਕਿਉਂਕਿ ਪੰਜਾਬ ਵਾਸਤੇ ਕੀ, ਦੇਸ਼ ਵਾਸਤੇ ਕੀ, ਦੁਨੀਆ ਵਾਸਤੇ ਬੜਾ ਖਤਰਨਾਕ ਸੰਕੇਤ ਹੈ। ਔਰ ਇਸ ਗੱਲ ਤੋਂ ਅੰਦਾਜ਼ਾ ਲਾ ਲਓ ਕਿ ਦੋਵੇਂ ਪਾਰਟੀਆਂ, ਭਾਜਪਾ ਦੇਸ਼ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ, ਕਹਿੰਦੀ 400 ਪਾਰ ਕੈਂਡੀਡੇਟ ਲੱਭਦੇ ਨਹੀਂ, ਸਭ ਕੋਈ ਇੱਧਰੋਂ ਫੜਿਆ ਕੋਈ ਉੱਧਰੋਂ ਫੜਿਆ, ਬੰਦਾ ਤਾਂ ਆਪਦੇ ਕੋਲ ਹੈ ਕੋਈ ਨਹੀਂ। ਇੱਧਰੋਂ ਇਹ ਕਹਿੰਦੇ ਆ 13 ਪਾਰ, ਅਤੇ 13 ਪਾਰ ਵਾਲਿਆਂ ਨੂੰ ਵੀ ਨਹੀਂ ਬੰਦਾ ਕੋਈ ਲੱਭਦਾ। ਹੁਣ ਵਜ਼ੀਰਾਂ ਨੂੰ ਟਿਕਟਾਂ ਦੇਣੀਆਂ ਪੈ ਗਈਆਂ, ਜਿਹੜੀ ਆਮ ਆਦਮੀ ਦੀ ਗੱਲ ਕਰਦੇ ਸੀ। ਇਸ ਲਈ ਲੋਕ ਦਲ ਬਦਲੂ ਦੀ ਪੋਲੀਟਿਕਸ ਨੂੰ, ਝੂਠ ਦੀ ਪੋਲੀਟਿਕਸ ਨੂੰ, ਮੌਕਾ ਪ੍ਰਸਤੀ ਦੀ ਪੋਲੀਟਿਕਸ ਨੂੰ ਲੋਕਾਂ ਨੇ ਪਹਿਲਾਂ ਵੀ ਸਬਕ ਸਿਖਾਇਆ, ਅੱਜ ਵੀ ਸਬਕ ਸਿਖਾਉਣਗੇ। ਸਰ, ਸੁੱਚਾ ਸਿੰਘ ਲਗਾਰ SGPC ਮੈਂਬਰ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਸਾਡੇ ਕੋਲ ਵੋਟਾਂ ਮੰਗਣ ਨਹੀਂ ਆਏ, ਅਗਲੀ ਰੈਲੀ ਕਰਕੇ ਫੈਸਲਾ ਕਰਾਂਗੇ। ਚਲੋ ਤੁਸੀਂ ਨਾ ਬਾਲੇ ਚਿੰਤਿਤ ਨਾ ਹੋ, ਪ੍ਰੈਸ ਕਾਨਫਰੰਸਾਂ ਤਾਂ ਬੜੀਆਂ ਹੋ ਰਹੀਆਂ, ਕਿਵੇਂ ਹੋ ਰਹੀਆਂ, ਚਲੋ ਹਰੇਕ ਨੇ ਆਪਦੀ ਗੱਲ ਰੱਖਣੀ ਆ। ਪਾਰਟੀ ਕੈਂਡੀਡੇਟ ਨੇ ਹਰੇਕ ਕੋਲ, ਜਿਹੜਾ 19 ਲੱਖ ਵੋਟਰ ਹੈ ਜੀ ਇੱਥੋਂ ਦਾ, 19 ਲੱਖ ਵੋਟਰਾਂ ਤੱਕ ਪਹੁੰਚ ਕਰਨੀ ਹੈ। ਲੋਕਾਂ ਨੇ ਫੈਸਲਾ ਕਰਨਾ, ਜਿੱਥੇ ਉਹਨਾਂ ਨੂੰ ਚੰਗਾ ਲੱਗਦਾ ਲੋਕ ਉਹਦਾ ਫੈਸਲਾ ਕਰਨਗੇ, ਅਸੀਂ ਲੋਕਤੰਤਰ ਨੂੰ ਇਸ ਗੱਲ ਨੂੰ ਸਵੀਕਾਰ ਕਰਾਂਗੇ। ਮਗਰ ਮੇਰਾ ਇਹ ਪੂਰਾ ਮੰਨਣਾ ਕਿ ਜਿਹੜਾ ਦਿਲੋਂ ਅਕਾਲੀ ਆ ਔਰ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦਾ, ਪੰਜਾਬ ਦੀ ਮਜ਼ਬੂਤੀ ਚਾਹੁੰਦਾ, ਉਹ ਪਾਰਟੀ ਪੱਧਰਾਂ ਤੋਂ ਉੱਤੇ ਉੱਠ ਕੇ 1 ਜੂਨ ਜਿਹੜਾ ਜ਼ਮੀਰ ਦੀ ਆਵਾਜ਼ ਸੁਣੂ, ਅਤੇ ਫਿਰ ਉਹ ਜ਼ਰੂਰ ਨਾ ਕਾਂਗਰਸ ਨੂੰ, ਨਾ ਕਾਂਗਰਸ ਦੀ ਭਾਈਵਾਲ ਪਾਰਟੀ। ਜਿਹੜਾ ਫੌਜੀ ਹਾਦਸਾ ਹੋਇਆ ਜੀ, ਉਹ ਚਰਨਜੀਤ ਚੰਨੀ ਹੋਰਾਂ ਨੇ ਵੀ ਇੱਕ ਬਿਆਨ ਦਿੱਤਾ ਹੈ ਕਿ ਪਹਿਲਾਂ ਪੁਲਵਾਮਾ ਅਟੈਕ ਕਰਵਾ ਦਿੱਤਾ ਗਿਆ ਸੀ, ਇਹ ਸਟੰਟਬਾਜ਼ੀ ਹੈ, ਜਿਹੜੇ ਹੁਣ ਵੀ ਇਹ ਸਟੰਟਬਾਜ਼ੀ ਹੈ ਜੀ। ਦੇਖੋ ਚੰਨੀ ਸਾਹਿਬ ਨਾ ਜੀ ਬਹੁਤ ਕੁਛ ਕਹਿ ਗਏ ਆ, ਔਰ ਜਿਨ੍ਹਾਂ ਦੇ ਯਾਰ ਹਨੀ ਅਤੇ ਮੰਨੀ ਹੋਣ ਉਹ ਚੰਨੀ ਕੀ ਕਵੇ, ਜਾਂ ਜਿਹੜਾ ਚੰਨੀ ਕਹਿੰਦਾ ਹੋਵੇ ਉਹਦੇ ਨਾਲ ਦੇ ਸਾਥੀ, ਉਹਦੇ MLA ਉਹਦੇ ਬਾਰੇ ਕਹਿੰਦਾ ਚੰਨੀ ਕਰਦਾ ਚੰਗੀ ਗੱਲ ਕਿ ਗੰਦੀ ਗੱਲ, ਇਹ ਤੁਸੀਂ ਲਾ ਲਿਓ। ਮੈਂ ਤਾਂ ਉਹੀ ਕਹੂੰਗਾ ਕਿ ਸੋਚ ਕੇ ਗੱਲ ਕਰੇ ਤਾਂ ਚੰਗਾ। ਅੱਗੇ ਇਹਨੂੰ ਕਾਰੀ ਵਿਧਾਨ ਸਭਾ 'ਚ ਪੁੱਛਿਆ ਸੀ ਕਾਂਗਰਸ ਦੀ ਪ੍ਰਾਪਤੀ ਦੱਸ, ਤੇ ਕਹਿੰਦਾ ਜਿੰਨੇ ਪੱਚ ਕਾਂਗਰਸ ਨੇ ਲਾਏ ਆ ਉਹਨੂੰ ਵੀ ਪ੍ਰਾਪਤੀ ਦੱਸਦਾ। ਸੋ ਮੇਰਾ ਵੀਰ ਕੁਛ ਬੋਲ ਸਕਦਾ, ਉਹਨੂੰ ਇੰਨੀ ਗੰਭੀਰਤਾ ਨਾ ਲਓ, ਮਗਰ ਮੈਂ ਇਹ ਜਿਹੇ ਬਿਆਨਾਂ ਦੀ ਨਿਖਿੱਧੀ ਕਰਦਾ ਜਿਹੜੀ ਸਾਡੀ ਫੌਜੀਆਂ ਦੀ ਸ਼ਹਾਦਤ ਨੂੰ, ਫੌਜੀਆਂ ਦੀ ਕੁਰਬਾਨੀ ਨੂੰ ਨੀਵਾਂ ਵਿਖਾਉਣ ਦੀ ਗੱਲ ਕਰੇ। ਇਹ ਪੋਲੀਟਿਕਸ ਕਾਂਗਰਸ ਦੀ, ਔਰ ਚੰਨੀ ਸਾਹਿਬ ਨੂੰ ਇਸ ਗੱਲ ਤੋਂ ਮਾਫ਼ੀ ਮੰਗਣੀ। ਚੰਨੀ ਮਾਫ਼ੀ ਮੰਗੇ, ਔਰ ਸ਼ਹਾਦਤ ਉੱਤੇ ਕੋਈ ਪੋਲੀਟਿਕਸ ਨਹੀਂ ਹੋ ਸਕਦੀ, ਮਗਰ ਜਿਹੜੀ ਸ਼ਹਾਦਤ ਨੂੰ ਛੋਟਾ ਵਿਖਾਉਣ ਦੀ ਕੋਸ਼ਿਸ਼ ਕਰੇ, ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰੇ, ਉਹ ਵੀ ਸਾਬਕਾ ਮੁੱਖ ਮੰਤਰੀ ਹੋਵੇ, ਤਾਂ ਮੈਂ ਸਮਝਦਾ ਇਹ ਤੋਂ ਸ਼ਰਮ ਦੀ ਗੱਲ ਕੋਈ ਨਹੀਂ। ਔਰ ਕਾਂਗਰਸ ਪਾਰਟੀ ਨੂੰ ਇਸ ਗੱਲ ਦਾ ਨੋਟਿਸ ਲੈਂਦਿਆਂ ਹੋਇਆਂ ਉਹਦੇ 'ਤੇ ਐਕਸ਼ਨ ਲੈਣਾ ਚਾਹੀਦਾ, ਜੇ ਨਹੀਂ ਲਊਗੀ ਤਾਂ ਮੈਂ ਸਮਝੂੰਗਾ ਕਿ ਕਾਂਗਰਸ ਉਹਦੇ ਬਿਆਨ ਨਾਲ ਸਹਿਮਤ ਹੈ, ਜਿਹੜੀ ਫੌਜੀਆਂ ਨੂੰ
ਜਾਂ ਸ਼ਹਾਦਤ ਦੇਣ ਵਾਲੇ ਸਾਡੇ ਸੂਰਬੀਰਾਂ ਦਾ ਅਪਮਾਨ ਕਰਨ। ਆਲ ਓਵਰ ਇੰਡੀਆ 'ਚ ਗੱਠਜੋੜ ਹੈ ਕਾਂਗਰਸ ਆਪ, ਔਰ ਇੱਥੇ ਇਕੱਲੇ ਨਹੀਂ, ਇੱਥੇ ਵੀ ਗੱਠਜੋੜ ਹੈ ਜੀ।